अस्सलामु अलैकुम जी। आप देख रहे हो अफजल टीवी, तो मैं आपका मेज़बान मोहम्मद अफजल पट्टी। तो पहले भी ब्राह्मण वास्ते सोहनिया सोहनिया गाई, सोहने सोहने तोहफे से ब्रांड गावं लै के मझां लै के हाजिर हो गए। तो अज भी वीरां ते ब्राह्मण वास्ते एक गां लै के हाजिर हो। पहले नवैर जनाब के फुल क्रास साहिवाल, एक छोटा जिहा काम करना है कि मेरे चैनल में जनाब सबसक्राइब करना है, बैल आईकॉन पर प्रेस करना है ताकि मेरी आने वाली वीडियो जनाब तुहानू नोटिफिकेशन मिल जाए। तो हूँ ब्राह्मण विखाने हैं गां, तो फिर करांगे मालक नाल गलबात कि सानू ये कितने की मिलेगी, तो क्या जिहड़ा सील शराफ है तो की है साढ़े नाल करती है। तो चलो जी कैमरा मैन साहब गां च कैमरा लाओ। हाँ जी गां है, तेनू जनाब तसली नाल वेख लो ते चेक कर लो। पहलन सुई खली है, लाल गोरी गां है ते शरीफ, चंगी शरीफ गां है। निके निके सिंगी है, जालर वाली गां है। ते दुध आप मालक को पूछ लेने, इन बाजी खोल के जरा टोर के बखाओ। ਚਲੋ ਜੀ ਅੱਗੇ ਥੋੜ੍ਹੀ ਜੀ, ਤਾਂ ਕਿ ਬ੍ਰਾਹਮਣ ਨੂੰ ਤਸੱਲੀ ਹੋ ਜਾਵੇ ਕਿ ਇਹਦੇ 'ਚ ਕੋਈ ਵੈਲਤ ਨਹੀਂ, ਕੋਈ ਵਾਹ ਵੂਤ ਨਹੀਂ। ਹਾਂ ਮੇਰੇ ਪਰੋ ਗਾਂ ਹੈ, ਅਤੇ ਮੁੱਲ ਅਸੀਂ ਮਾਲਕ ਨਾਲ ਤੈਅ ਕਰ ਲੈਂਦੇ। ਲਿਆਓ ਜੀ ਗਾਂ ਨੂੰ ਫੇਰ ਕੇ ਜ਼ਰਾ, ਅਤੇ ਤੋਹਫਾ ਦੇ ਬ੍ਰਾਂਡ ਗਾਂ ਲੈ ਕੇ ਹਾਜ਼ਰ ਹੁੰਦਾ ਜਨਾਬ ਤੁਹਾਡੇ ਭਰਾਵਾਂ ਵਾਸਤੇ। ਆ ਇਹਦੇ ਮਗਰ ਜਨਾਬ ਵੱਛੀ ਹੈ ਅਤੇ ਤਾਜ਼ੀ ਸੂਈ ਹੈ, ਸ਼ਰੀਫ ਗਾਂ ਹੈ। ਕਹਿੰਦੇ ਜਨਾਬ ਆ ਵੇਖ ਲਓ, ਕੋਈ ਟੈਨਸ਼ਨ ਨਹੀਂ, ਕੋਈ ਪਰੇਸ਼ਾਨੀ ਨਹੀਂ, ਥਣਾਂ ਦੇ ਵਿੱਚ ਕੋਈ ਕਿਲ ਫੁਆਰ ਨਹੀਂ, ਸੋਹਣੀ ਚੁਆਈ ਹੁੰਦੀ ਹੈ ਗਾਂ ਦੀ। ਤਸੱਲੀ ਕਰ ਲਓ। ਬੰਨ ਦਿਓ ਜੀ ਭਾਈ ਜੀ ਗਾਂ। ਆ ਜੀ ਇਹਦੇ ਮਗਰ ਵੱਛੀਏ, ਤਾਜ਼ੀ ਰਾਤ ਨੂੰ ਸੂਈਏ, ਅਤੇ ਸੁਬਾ ਬ੍ਰਾਹਮਾ ਵੀਰਾਂ ਵਾਸਤੇ ਵੀਡੀਓ ਪਾ ਦਿੱਤੀ। ਵੀਰੇ ਨਾ ਆਖਣ ਵੀ ਮਾੜੀ ਸ਼ੈ ਲੈ ਕੇ ਆਉਂਦੇ, ਅਤੇ ਕਰਨੇ ਜੀ ਮਾਲਕ ਨਾਲ ਗੱਲਬਾਤ। ਆਓ ਜੀ ਇੱਥੇ ਆਓ, ਤੱਕ ਨੇੜੇ ਆ ਜਾ ਵੀ। ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ। ਅਤੇ ਰਾਤ ਨੂੰ ਸੋਈ? ਹਾਂਜੀ ਘਰ ਦੀ ਘਰ ਦੀ ਸੋਈ। ਅਤੇ ਕੀ ਆਉਂਦਾ ਜੀ ਮੁੱਲ ਸ਼ੁੱਲ ਹੈ ਅਤੇ ਡਿਮਾਂਡ ਇਹਦੀ ਕੀ ਹੈ? ਡਿਮਾਂਡ ਇਹਦੀ 2 ਲੱਖ ਰੁਪਈਆ। ਅੱਛਾ, ਘਰ ਦੀ ਘਰ ਵੇਲੇ ਸੋਈ ਹੈ ਤਕਰੀਬਨ 8.5 ਕਿਲੋ ਬੋਲਾ, 8.5-9 ਕਿਲੋ ਬੋਲਾ ਰਹਿ ਜਾਂਦਾ ਮਾਸ਼ਾਅੱਲਾ। ਅਤੇ ਬੜਾ ਚੱਡਾ ਸੀ ਮਾਸ਼ਾਅੱਲਾ, ਮੁੜ ਜਿਹੜੇ ਇੱਕ ਡਿਆਰੀ ਸੂਹ ਪੈਂਦੀ ਹੈ, ਹਾਂਜੀ ਉਹਨੇ ਨੁੱਚੜ ਜਾਂਦੀ ਹੈ ਬਿਲਕੁਲ। ਅਤੇ ਸੁਬਾਹ ਵਿੱਚ ਹੋਈ ਅਸੀਲ ਸ਼ਰਾਬ ਨਿਕਲੀ, ਪਹਿਲਾਂ ਵਹਿੜ ਮੂੰਹ ਦੇ ਵਿੱਚ ਚੌਗੀ ਮਾਸ਼ਾਅੱਲਾ। ਹਾਂਜੀ, ਹੋਰ ਕਾਦਕ ਬਾੜਾ ਸਭ ਕੁਝ, ਥਾਣ ਚੰਗਾ ਰੁਗ ਰੁਗ ਦਾ ਲੱਗਿਆ, ਚੱਡਾ ਸਾਡੀ ਵਹਿੜ ਕੋਲ ਰਜਵਾ ਮਗਰ ਬੱਚੀ ਪਤਾਇਆ ਜੀ ਤੁਹਾਡੇ ਸਾਹਮਣੇ। ਇਹ ਜੀ ਇਹ 2 ਲੱਖ ਰੁਪਈਆ ਜੀ ਡਿਮਾਂਡ ਕੀਤੀ ਹੈ, ਇਹਦੇ 'ਚ ਕੋਈ ਪਿਆਰ ਮੁਹੱਬਤ ਹੋ ਜਾਸੀ? ਪੈਸੇ ਤਾਂ ਜੀ ਮੈਂ ਮੁਨਾਸਬ ਮੰਗੇ ਨੇ, ਲੇਕਿਨ ਇਹ ਵੀ ਚਲੋ ਕੋਈ 5,000 ਰੁਪਈਆ ਆਪਾਂ ਛੱਡ ਦੇਵਾਂਗੇ।
5000 ਰੁਪਈਆ ਜੀ, 1,95,000 ਰੁਪਈਏ ਦੀ ਜੀ ਮਾਲਕ ਦੀ ਡਿਮਾਂਡ ਹੈ, ਵਹਿੜ ਹੈ। ਅਤੇ ਇਹਦੇ ਕੋਈ ਹੋਰ ਜਾਇਜ਼ ਮੁਨਾਸਬ, ਕੋਈ ਪਿਆਰ ਮੁਹੱਬਤ, ਕੋਈ ਗੱਡੀ ਦਾ ਕਿਰਾਇਆ ਸ਼ਰਾਇਆ ਪਿਛਲੇ ਕੋ ਆ ਗਿਆ ਉਹਨੇ ਕੋ ਕਿਰਾਏ ਦਾ ਕਿਰਾਇਆ ਬਾਰੇ ਇਹਨਾਂ ਜਨਾਬ 1,95,000 ਜੀ ਮਾਲਕ ਮੁੱਲ ਕਰਦਾ ਹੈ, ਜਿਸ ਲਈ ਆਪਾਂ ਇਹ ਗਾਂ ਖਰੀਦਣੀ ਚਾਹਵਾਂਗੇ ਅਤੇ ਹੋਰ ਜਾਇਜ਼ ਮੁਨਾਸਬ ਕਰ ਲਏ ਸੈਂ, ਪਿਆਰ ਮੁਹੱਬਤ ਫਿਰ ਹੋ ਜਾਸੀ। ਅਤੇ ਗਾਂ ਵੀਰਾਂ ਵਾਸਤੇ ਸੋਹਣੀ ਅਤੇ ਸ਼ਰੀਫ ਗਾਂ ਹੈ, ਰਾਖੂ ਬੰਦੇ ਵਾਸਤੇ ਗਾਂ ਹੈ। ਹੋ ਕਮਲੀ ਫਿਰ ਨਾਲੇ ਅੱਲਾ ਦੇ ਹੁਕਮ ਨਾਲ, ਕੋਈ ਇਹਨੂੰ ਗਰਮੀ ਸਰਦੀ ਕੋਈ ਪਰੇਸ਼ਾਨੀ ਨਹੀਂ ਹੁੰਦੀ, ਗਰਮੀ ਦੇ ਵਿੱਚ ਵੀ ਇਹਦੀ ਟੈਨਸ਼ਨ ਕੋਈ ਨਹੀਂ, ਅਤੇ ਦੁੱਧ ਵੀ ਅੱਲਾ ਦੇ ਹੁਕਮ ਨਾਲ ਜਮ੍ਹਾਂ ਕਰੇਗੀ ਇਨਸ਼ਾਅੱਲਾ। ਸ਼ਰੀਫ ਗਾਂ ਜੀ, ਗਾਵਾਂ ਦੀ ਗ੍ਰਿਲ ਤੋਂ ਚੈੱਕ ਕਰ ਲਓ, ਅਤੇ ਅਸੀਲ ਸ਼ਰਾਫ ਗਾਂ, ਤਸੱਲੀਆਂ ਕਰਾਵਾਂਗੇ ਪਿਆਵਾਂ ਨੂੰ। ਚਲੋ ਲੈਬ ਉਮੀਦ ਕਰਨੇ ਕਿ ਵੀਡੀਓ ਭਰਾਵਾਂ ਨੂੰ ਪਸੰਦ ਆਏਗੀ, ਅਤੇ ਫਿਰ ਹਾਜ਼ਰ ਹੋਵਾਂਗੇ ਨਵੇਂ ਗਾਂ ਜਾਂ ਮੈਂ ਲੈ ਕੇ। ਅਤੇ ਉਤਨੀ ਦੇਰ ਦੇ ਵਾਸਤੇ ਜਨਾਬ ਅਸਲਾਮੁਅਲੈਕਮ ਅਤੇ ਅੱਲਾ ਹਾਫਿਜ਼ ਰੱਖ ਦਿਓ।